उच्ची सुची शख्सियत दे मालक अते दीन दुखियां दी सेवा करना अपना फर्ज समझन वाली माता हरभजन कौर बीती दिनी अपनी संसारिक यात्रा पूरी करदे हुए प्रभु चरणा विच जा विराजे। उन्हां दी आत्मिक शांति लई अखंड पाठां दे भोग पाए गए अते इस मौके कीर्तनीय जत्थे वालों विरागमई कीर्तन किया गया अते आईयां होईयां संगतां नूं प्रभु चरणा नाल जोड़िया गया। ਜਿਸਨੂੰ ਤਾਂ ਪੇੜਾਂ ਵਿੱਚ ਸਮਾਇਆ ਏ ਇਹ ਸਭ ਕੁਛ ਮਿਟ ਜਾਣੇ ਬਾਕੀ ਕੁਝ ਨਹੀਂ। ਚਰਨ ਪਕੜ ਲੈ ਐਸੇ ਜਨ ਦੇ, ਚਰਨ ਪਕੜ ਲੈ ਐਸੇ ਜਨ ਦੇ, ਛੱਡ ਕੇ ਕੁੱਲ ਚਤਰਾਈ ਤੂੰ। ਆਪਣੇ ਇਸ ਅਸਲੀ ਮੰਤਵ ਨੂੰ ਘਰ ਜਾਂਦੇ ਹਨ, ਜਿਸ ਮੰਤਵ ਦੇ ਲਈ, ਜਿਸ ਮਕਸਦ ਦੇ ਲਈ ਇਹ ਇਨਸਾਨੀ ਜਾਮਾ ਇਨਸਾਨ ਨੂੰ ਦਿੱਤਾ ਗਿਆ। ਪਰ ਸਾਧ ਸੰਗਤ ਵਿੱਚੋਂ ਗਰਬੇ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਇੱਕ ਫਿਤਰਤ ਹੈ ਇਨਸਾਨ ਦੀ, ਪਰਮਾਤਮਾ ਨੂੰ ਭੁੱਲ ਜਾਂਦਾ ਹੈ, ਮਾਇਆ ਵਿੱਚ ਰੁਲ ਜਾਂਦਾ ਹੈ। ਰੱਬੀ ਲੋਕ ਫਿਰ ਸੁਚੇਤ ਕਰਦੇ ਹਨ ਕਿ ਆਇਆ ਥਾ ਜਿਸ ਬਾਤ ਕੋ ਭੁੱਲ ਗਈ ਵੋ ਬਾਤ, ਜਿਸ ਕੰਮ ਦੇ ਲਈ ਤੂੰ ਦੁਨੀਆਂ ਤੇ ਆਇਆ, ਐ ਮਾਨਵ ਉਹ ਕੰਮ। ਇਸ ਪਰਿਵਾਰ ਦੇ ਨਾਲ ਦੱਸਦਾ ਸਤ ਸਿੰਘ ਬਹੁਤ ਸਮੇਂ ਤੋਂ ਸਤ ਸਿੰਘ ਸੰਬੰਧ ਰਿਹਾ ਹੈ, ਜਦੋਂ ਕਿ ਇਸ ਪਰਿਵਾਰ ਦੇ ਵਿੱਚ ਸਤ ਸਿੰਘ ਅਤੇ ਨਾਮ ਬੱਚਿਆਂ ਦੀ ਸਤ ਸਿੰਘ ਜੋ ਸਾਡੇ ਕਰਮਜੀਤ ਜੀ ਧਰਮਪਾਲ ਇਹਨਾਂ ਦੀ ਸ਼ਾਦੀਆਂ ਨਹੀਂ ਹੋਈਆਂ ਸਨ, ਉਦੋਂ ਦਾ ਸਤ ਸਿੰਘ ਸੰਬੰਧ ਜਿਹੜਾ ਹੈ ਇਸ ਪਰਿਵਾਰ ਦੇ ਨਾਲ ਰਿਹਾ ਹੈ। ਅਨੇਕਾਂ ਵਾਰ ਸਾਧ ਸੰਗਤ ਘਰ ਵਿੱਚ ਆਉਣ ਦਾ ਸਮਾਂ ਪ੍ਰਾਪਤ ਹੋਇਆ, ਬੜੀਆਂ ਆਸ਼ੀਰਵਾਦਾਂ ਦੇਣੀਆਂ, ਔਰ ਸਾਧ ਸੰਗਤ ਹਮੇਸ਼ਾ ਉਹਨਾਂ ਦਾ ਚਿੱਤ ਇਸ ਪਾਰ ਬ੍ਰਹਮ ਪਰਮੇਸ਼ਰ ਨਾਲ ਜੁੜਿਆ ਰਿਹਾ। ਬਾਅਦ ਵਿੱਚ ਸਾਧ ਆਪਣੀ ਆਯੂ ਨੂੰ ਪੂਰੀ ਕਰਕੇ ਵਿਧਾਨ ਹੈ ਕਿ ਉਸਨੇ ਜਾਣਾ ਹੁੰਦਾ ਹੈ। ਬਾਬਾ ਜੀ ਨੇ ਸਮਾਗਮ 'ਤੇ ਵੀ ਜਿਹੜੇ ਜਿਹੜੇ ਮਹਾਂਪੁਰਸ਼ ਜਾ ਕੇ ਆਏ ਹਨ, ਬਾਬਾ ਜੀ ਕਿਰਪਾ ਕਰ ਰਹੇ ਸੀ ਕਿ ਦੈਟ ਵਿਚ ਇਜ਼ ਟਰੂਲੀ ਲਿਵਿੰਗ, ਲਿਵਿੰਗ ਥਿੰਗ ਵਿਚ ਇਜ਼ ਟਰੂਲੀ ਲਿਵਿੰਗ ਦੈਟ ਹੈਜ਼ ਟੂ ਡਾਈ, ਆਏ ਹੈ ਸੋ ਜਾਏਂਗੇ, ਰਾਜਾ ਰੰਗ ਫਕੀਰ। ਤੋ ਇਹ ਤੋ ਇੱਕ ਵਿਧਾਨ ਹੈ ਕਿ ਜੋ ਆਏ ਹੈ ਉਹਨਾਂ ਨੇ ਜਾਣਾ ਹੀ ਜਾਣਾ ਹੈ, ਇਹ ਸੱਚ ਹੈ। ਲੇਕਿਨ ਸਾਧ ਸੰਗਤ ਉਹ ਬਹੁਤ ਲੰਬੀਆਂ ਚੌੜੀਆਂ ਹੋਣਗੀਆਂ, ਲੇਕਿਨ ਪਰੰਪਰਾਗਤ ਤਰੀਕੇ ਨਾਲ ਜੋ ਗੱਲਾਂ ਕੀਤੀਆਂ ਜਾਂਦੀਆਂ ਹਨ ਐਸੇ ਸਮੇਂ 'ਤੇ, ਜੋ ਪ੍ਰਾਣੀ ਚਲਾ ਗਿਆ ਉਸਦੀ ਮਹਿਮਾ ਕਰੋ, ਤੋ ਕੁਛ ਸਿੱਖੋ, ਦੁਆ ਕਰੋ, ਇਹ ਕਰਾਂ, ਇਹ ਵੀ ਲੰਬੀਆਂ ਹਨ। ਸਤਸੰਗ ਜੀ, ਇਹਨਾਂ ਦਾ, ਇਸ ਪਰਿਵਾਰ ਦਾ ਜੋ ਸਫ਼ਰ ਹੈ ਉਹ ਫਤਿਹਗੜ੍ਹ ਮੁਹੱਲੇ ਤੋਂ ਚੱਲ ਕੇ ਸਿਵਲ ਲਾਈਨ ਤੋਂ ਹੁੰਦਿਆਂ ਹੋਇਆਂ ਇੱਥੇ, ਇਸ ਦੁਨੀਆਂ 'ਤੇ ਕੋਈ ਵੀ ਇਨਸਾਨ ਰਹਿੰਦਾ ਉਹਨੂੰ
उस तरह के काम करने चाहिए जेड़े काम समुची मानवता दे लई समुची इंसान दे लई गरीबां निमाणियां नितानियां न्योटियां नपतियां दे हक विच होण। और जिस तरह मैमी परिवार ने किया इन्हां दी लगन इन्हां दी धर्म दे प्रति अपनी प्रतिबद्धता जिहड़ी इन्हां ने दिखाई है इन्हां दा समाज दे अंदर पूरा माण सत्कार है और समाज का हर परिवार यह मुबारक का पात्र है कि इन्होंने जो जिम्मेदारी संसार विच आउन ते मिली कि भाई जा रहा है जिंदगी